ਸੀ ਲੁਧਿਆਣਾ ਸਿਟੀ ਲਾਈਵ ਤੋਂ ਦੁਨੀਆ ਦੁਨੀਆ ਦੀ ਵੀ ਦੇਖ ਰਹੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਮੈਂ ਤੁਹਾਡੇ ਕੋਲ ਆਇਆ ਆਪਾਂ ਡੀਐਸਪੀ ਵਾਲਿਆਂ ਦੀ ਸਟਾਫ ਆਇਆ ਵੀਰ ਜੀ ਉਹਨਾਂ ਦਾ ਪੁੱਛ ਰਿਹਾ। ਹਾਂਜੀ ਸਰ, ਕਦੋਂ ਤੋਂ ਕੰਮ ਕਰ ਰਿਹਾ ਕੀ ਕੀ ਫਾਰਮ ਕਰਾ ਤਾ ਤੁਹਾਨੂੰ? ਮੈਂ ਅੱਜ ਜਿਹੜਾ ਸਾਲ ਅਸੀਂ ਇੱਥੇ ਲਾਇਆ ਐਮਕੇ ਇੰਡਸਟਰੀ ਦੇ ਵੱਲੋਂ ਲਾਇਆ ਜਾ ਰਿਹਾ ਵਾ ਜੀ ਜੀ ਤੇ ਸਾਡੀ ਪੁਰਾਣੀ ਫਰਮਾ ਜੀ ਅਸੀਂ ਨੌਨ ਵੂਡ ਐਂਡ ਗਾਰਡਨ ਤੋਂ ਜਿਹੜੇ ਕਿ ਪਹਿਲਾਂ ਆਪਣੇ ਘਾਹ ਕੱਟਣ ਲਈ ਮਸ਼ੀਨਾਂ ਅਸੀਂ ਗਾਰਡਨ ਤੋਂ ਬਾਰੇ ਬਣਾਉਂਦੀ ਆ ਤੇ ਹੁਣ ਅਸੀਂ ਇਸ ਵਾਰ ਨਵੇਂ ਏਅਰ ਕੰਪਰੈਸਰ ਸਟਾਰਟ ਕੀਤੇ ਸੀਗੇ ਉਹਨਾਂ ਨੂੰ ਇੰਟਰੋਡਿਊਸ ਕਰਨ ਵਾਸਤੇ ਅਸੀਂ ਇੱਥੇ ਸਟਾਲ ਲਾਇਆ ਸੀ ਤਾਂ ਜੋ ਕਸਟਮਰਾਂ ਨੂੰ ਪਤਾ ਲੱਗੇ ਵੀ ਇਹ ਕੱਲੇ ਗਾਰਡਨ ਤੋਂ ਨਹੀਂ ਇਹ ਏਅਰ ਕੰਪਰੈਸਰ ਬਣਾ ਰਿਹਾ। ਯਾਰ ਡਿਸਪਲੇ ਤੇ ਕੀ ਲਾਇਆ ਆਪਾਂ ਇੱਕ ਪੁੱਛਣ ਬਰੇ ਅਸੀਂ ਏਅਰ ਕੰਪਰੈਸਰ ਲਾਇਆ ਸੀ ਇਹ 300 ਪਾਉਂਡ ਦਾ ਟੈਂਕ ਆ ਤੇ 2 ਐਚਪੀ ਦਾ ਹੈਗੇ ਦੇ ਲੱਗਿਆ 2-3 ਮੋਟਰਾਂ ਇਹ ਨਵਾਂ ਮਾਡਲ ਅਸੀਂ ਵਰਟੀਕਲ ਦੇ ਵਿੱਚ ਬਣਾਇਆ ਵਾ ਇਹ ਸਾਡਾ ਜਿਹਨਾਂ ਦੇ ਕੋਲ ਸਪੇਸ ਥੋੜੀ ਘੱਟ ਹੁੰਦੀ ਹੈ ਉਹਨਾਂ ਦੇ ਵਾਸਤੇ ਇਹ ਬਹੁਤ ਵਧੀਆ ਮਾਡਲ ਹੈ ਇਹ ਹਾਈ ਸਪੀਡ ਤੇ ਹਵਾ ਵੱਧ ਬਣਾਉਂਦੇ ਨੇ ਤੇ ਇਹਨਾਂ ਦੀ ਜਿਹੜੀ ਆਵਾਜ਼ ਆ ਤੇ ਇਹਨਾਂ ਦੀ ਕਾਫੀ ਘੱਟ ਹਾਂਜੀ ਹਾਂਜੀ ਰਿਪੇਅਰਮੈਂਟ ਕਿੰਨੇ ਤੋਂ ਕਿੰਨੇ ਸਾਲ ਤੱਕ ਬਣਾਉਣੇ ਬਾਈ ਇਹ ਸਾਡੇ ਕੋਲ 1 ਐਚ ਤੋਂ ਲੈ ਕੇ 7.5 ਐਚ ਤੱਕ ਅਸੀਂ ਬਣਾ ਦਿੱਤੇ ਇਹ ਕਿੰਨੇ ਹੋਣ ਜਾ ਕਰਕੇ 2 ਐਚ ਦਾ ਵਾ 2 ਐਚ ਦਾ ਅਪਰੋਕਸੀਮੇਟਲੀ ਕੀ ਰਹੇਗਾ ਕੀਮਤ 45,000 ਦੇ ਆਸਪਾਸ ਇਹ ਜੀ ਆਪਾਂ ਗਾਰੰਟੀ ਦੇ ਦਿੰਦੇ ਆ ਗਾਰੰਟੀ ਇਹ 1 ਸਾਲ ਦੀ ਗਾਰੰਟੀ ਹੋਊਗੀ ਮੋਟਰ ਦੀ ਗਾਰੰਟੀ ਹੋਊ ਹੈਡ ਦੀ ਗਾਰੰਟੀ ਹੋਊ ਟੈਂਕ ਦੀ ਗਾਰੰਟੀ ਹੋਊ ਜੀ ਇਹਨੂੰ ਅਸੀਂ ਸਾਰਾ ਪਾਊਡਰ ਕੋਟਡ ਕਰਦੇ ਆ ਸਾਰੇ ਇੱਕੋ ਟੈਂਕ ਸਾਰਾ ਇਹਦਾ ਪੇਂਟ ਹੁੰਦਾ ਵਾ ਤੇ ਇਹਦੇ ਜਿੰਨਾ ਵੀ ਸਮਾਨ ਲੱਗਿਆ ਸਾਰਾ ਵਧੀਆ ਹਾਈ ਕੁਆਲਿਟੀ ਦਾ ਇਹ ਆਪਣੇ ਕਦੋਂ ਤੋਂ ਸ਼ੁਰੂ ਹੋਇਆ ਕੰਮ ਤੇ ਫਰਮ ਸਾਡੀ ਹੈਗੀ 1994 ਦੀ ਪਹਿਲਾਂ ਸੀ ਕਿਹੜੇ ਪ੍ਰੋਡਕਟ ਬਣਾ ਰਹੇ ਆ ਅੱਜ ਕੱਲ ਅਸੀਂ ਸਾਰੇ ਗਾਰਡਨ ਟੂਲ ਸ਼ੁਰੂ ਤੋਂ ਬਣਾ ਰਹੇ ਆ ਜੀ ਜੀ ਤੇ ਨੌਨ ਮੋਬਲ ਘਾਹ ਕੱਟਣ ਵਾਲੀਆਂ ਮਸ਼ੀਨਾਂ ਪਾਉਣਾ ਰਹੇ ਆ ਸਾਰੇ ਦੱਸੀ ਉਹ ਟੂਲ ਬਾਰੇ ਕਿਹੜੇ ਕਿਹੜੇ ਦਿਨ ਲੱਗਿਆ ਤੇ ਸਾਰੇ ਟੂਲ ਜਿਹੜੇ ਹੈਗੇ ਸਾਰੀਆਂ ਮਸ਼ੀਨਾਂ ਅਸੀਂ ਬਣਾ ਰਹੇ ਆ ਸਾਰੀਆਂ ਤੇ ਸਾਡੀ ਪੁਰਾਣੀ ਫਰਮ ਹੈ ਜਿਹੜੇ ਅਸੀਂ ਏਅਰ ਕੰਪਰੈਸਰ ਉਹਨਾਂ ਨੇ ਅਸੀਂ ਨਵੇਂ ਸਟਾਰਟ ਕੀਤੇ ਨੇ ਜੋ ਬਾਅਦ ਠੀਕ ਹੈ ਜੀ ਤੇ ਆਪਣਾ ਕੰਪਰੈਸਰਾਂ ਬਾਰੇ ਵੀ ਦੱਸੋ ਜਿਹੜਾ ਇਹ ਅੰਦਰ ਦਾ ਡਿਸਪਲੇ ਜਿਹੜਾ ਆਇਆ ਹੈ ਆ ਸਾਡੇ ਉਹ ਕੀ ਸਾਈਜ਼ ਆ ਜੀ ਇਹ ਕੀ ਸਾਈਜ਼ ਆ ਸਰ ਇਹ ਛੋਟਾ ਸਾਈਜ਼ ਆ ਇਹ ਤੇ 150 ਪਾਉਂਡ ਦਾ ਤੇ 1 ਐਚਪੀ ਦਾ ਹੈਡ ਆ ਇੱਕ ਦੀ ਮੋਟਰ ਦੇ ਨਾਲ ਹੈ ਠੀਕ ਹੈ ਜੀ ਹਾਂਜੀ ਇਹ ਛੋਟਾ ਆਮ ਜਿਵੇਂ ਪੇਂਟਰਾਂ ਨੂੰ ਪੇਂਟ ਕਰਨ ਵਾਸਤੇ ਜਾਂ ਕੋਈ ਵੀ ਚਾਹੀਦਾ ਜੀ ਜੀ ਉਹਨਾਂ ਵਾਸਤੇ ਵਧੀਆ ਬਹੁਤ ਵਧੀਆ ਇਹ ਇਹ ਵੱਡੇ ਚ ਆ ਜਾਂਦੇ ਇਹ 5 ਐਚਪੀ ਦਾ ਵਾ ਠੀਕ ਹੈ ਜੀ 5 ਐਚਪੀ ਦਾ ਹਾਈ ਸਪੀਡ ਆ ਇਹ 5 ਦੀ ਮੋਟਰ ਹੈ ਤੇ 5 ਦਾ ਇੰਜਨ ਆ ਤੇ 500 ਪਾਉਂਡ ਦਾ 226 ਲੀਟਰ ਦਾ ਟੈਂਕ ਹੈ ਠੀਕ ਹੈ ਜੀ ਇਹ ਜਿਵੇਂ ਅੱਜ ਕੱਲ ਇੰਪੋਰਟਡ ਮਸ਼ੀਨ ਆ ਰਹੀਆਂ ਨੇ ਜਿਵੇਂ ਬੀਐਮਸੀ ਸੀਐਨਸੀ ਵਗੈਰਾ ਹੋਰ ਜੀ ਜੀ ਇਹ ਉਹਨਾਂ ਨੂੰ ਪੇਂਟ ਕਰਨ ਵਾਸਤੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਇਹਨਾਂ ਤੋਂ ਬਗੈਰ ਮਸ਼ੀਨ ਨਹੀਂ ਚੱਲ ਸਕਦੀ ਸਰ ਕਿੰਨੇ ਤੋਂ ਕਿੰਨੇ ਸਾਲ ਤੱਕ ਬਣਾਉਣੇ ਆ ਕੰਪਰੈਸਰ ਅਸੀਂ ਬਣਾ ਰਹੇ ਆ ਆਪਣੇ 1 ਐਚਪੀ ਤੋਂ ਲੈ ਕੇ 1 ਐਚਪੀ 2 ਐਚਪੀ 3 ਐਚਪੀ 5 ਐਚਪੀ ਤੇ 7.5 ਐਚਪੀ ਤੱਕ ਬਣ ਚੁੱਕੇ ਆ ਤੇ ਹੁਣ ਸਾਡੀ ਅਗਲਾ ਜਿਹੜਾ ਚੱਲ ਰਿਹਾ ਪ੍ਰੋਸੈਸ ਉਹ ਆਪਣਾ 10 ਐਚਪੀ ਤੇ 15 ਐਚਪੀ ਦਾ ਚੱਲ ਰਿਹਾ ਵਾ ਉਹ ਵੀ ਸਾਡਾ 1.5 ਮਹੀਨੇ ਦੇ ਵਿੱਚ ਅੰਦਰ ਆ ਜਾਣਗੇ ਸਰ ਇਹ ਕੀ ਰੇਟ ਹੈ ਇਹ ਕਿਹੜਾ ਕੀ ਰੇਟ ਹੈ ਸਰ ਇਹ ਜਿਸ ਤਰ੍ਹਾਂ ਪੈ ਜਾਂਦਾ 25-26 ਹਜ਼ਾਰ ਦੇ ਆਸ-ਪਾਸ ਪੈ ਜਾਂਦਾ ਜਿਹੜਾ ਇਹ ਆ 75,000 ਦੇ ਆਸ-ਪਾਸ ਇਹ ਯਾਨੀ ਕਿ ਫੁੱਲੀ ਆਟੋਮੈਟਿਕ ਆ ਹਾਂਜੀ ਹਾਂਜੀ ਬਿਲਕੁਲ ਇਹ ਆਪਣੇ ਆਪ ਸਟਾਰਟ ਹੋਊਗਾ ਆਪਣੇ ਆਪ ਬੰਦ ਹੋਊਗਾ ਅੱਛਾ ਤੇ ਕਿੰਨਾ ਆਪਣਾ ਗਾਰੰਟੀ ਗਾਰੰਟੀ ਕੀ ਦਿੰਦੇ ਆ ਉਹਨਾਂ ਗਾਰੰਟੀ ਇਹਦੀ ਵੀ 1 ਸਾਲ ਦੀ ਗਾਰੰਟੀ ਹੋਊਗੀ 1 ਸਾਲ ਦੀ ਅਸੀਂ ਮੋਟਰ ਦੀ ਗਾਰੰਟੀ ਦਵਾਂਗੇ ਹੈਡ ਦੀ 1 ਸਾਲ ਦੀ ਗਾਰੰਟੀ ਦਵਾਂਗੇ ਜੀ ਤੇ ਟੈਂਕ ਦੀ ਵੀ ਗਾਰੰਟੀ ਹੋਊਗੀ ਸਾਰਾ ਪਾਊਡਰ ਕੋਟਡ ਆ ਸਾਰਾ ਜਿੰਨਾ ਇਹਨੂੰ ਮਟੀਰੀਅਲ ਏ ਟੂ ਜ਼ੈਡ ਲੱਗਿਆ ਸਾਰਾ ਵਧੀਆ ਲੱਗਿਆ ਜਿਹੜੇ ਕਿ ਹੋਰ ਕੋਈ ਕੰਪਨੀਆਂ ਬਣਾਉਂਦੀਆਂ ਨੇ ਨਹੀਂ ਲਾਉਂਦੀਆਂ ਇਹਦਾ ਸਮਾਨ ਇੱਕ ਹੀ ਇਹਨਾਂ ਦੇ ਵਿੱਚ ਜਿਹੜੀ ਪੁਰਾਣੀ ਫਰਮ ਆ ਸਾਡੀ ਉਹਦੇ ਵਿੱਚ ਅਸੀਂ ਘਾਹ ਕੱਟਣ ਲਈ ਮਸ਼ੀਨਾਂ ਦੇ ਗਾਰਡਨ ਟੂਲ ਸਾਰੇ ਤਿਆਰ ਕਰ ਦਿੱਤੇ ਜਿੰਨੀਆਂ ਵੱਡੀਆਂ ਫਰਮਾਂ ਜਾਂ ਜਿੰਨੀ ਵੱਡੀ ਇੰਡਸਟਰੀ ਦੇਖੋਗੇ ਜਿੰਨੇ ਉਹਨਾਂ ਦੇ ਗਾਰਡਨ ਦੇਖੋਗੇ ਉਹਨਾਂ ਦੇ ਵਿੱਚ ਤੁਹਾਨੂੰ ਸਾਡੀਆਂ ਮਸ਼ੀਨਾਂ ਸਾਰੀਆਂ ਮਿਲਣਗੀਆਂ ਠੀਕ ਹੈ ਸਰ ਆਪਣੇ ਫਰਮ ਦਾ ਐਡਰੈਸ ਦੱਸੋ ਵੈਬਸਾਈਟ ਦੱਸੋ ਤੇ ਫੋਨ ਨੰਬਰ ਸਾਡਾ ਪੱਕਵਾ ਰੋਡ ਤੇ ਸ਼ੋਰੂਮ ਆ ਪਾਸੀ ਚੌਂਕ ਦੇ ਪਾਸੀ ਚੌਂਕ ਪੱਕਵਾ ਰੋਡ ਲੁਧਿਆਣੇ ਜੀ
ਤੇ ਜਿਹੜੀ ਫਰਮਾਂ ਨੇ ਸਾਡੀਆਂ ਜਿੱਥੇ ਮੈਨੂਫੈਕਚਰਿੰਗ ਆ ਸਾਰੀ ਮੈਨੂਫੈਕਚਰਿੰਗ ਸਾਡੀ ਸਾਰੀ ਹੈਗੀ ਦਸਪਾਲ ਵਾਂਗਰ ਇੰਡਸਟਰੀ ਦੇ ਅਸੀਂ ਦੋ ਫਰਮਾਂ ਆਪਣੀਆਂ ਉੱਥੇ ਜਿੱਥੇ ਸਾਰੀ ਅਸੀਂ ਮੈਨੂਫੈਕਚਰਿੰਗ ਕਰਦੇ ਤੇ ਜਿੰਨੇ ਅਸੀਂ ਟੂਲ ਜਾਂ ਮਸ਼ੀਨਾਂ ਬਣਾਉਂਦੇ ਹਾਂ ਜਿਹੜੀਆਂ ਉਹ ਸਾਰੀਆਂ ਬਣਾਉਂਦੇ ਹਾਂ ਸਾਰਿਆਂ ਦਾ ਸੈਲਰ ਇਹ ਆਪਣਾ ਫੋਨ ਨੰਬਰ ਜੋ ਹੈ ਸਰ ਸਰ ਹਾਂਜੀ ਨੰਬਰ ਹੈਗਾ 98154420 ਵੈਬਸਾਈਟ ਹੈਗੀ ਆਪਣੀ www.jsp.com ਥੈਂਕ ਯੂ ਸਰ